बुखार चढ़िया मतलब खड़ गई जी। अच्छा जी, बांह दर्द बहुत ज्यादा होंगी सी, मतलब रात भी रो के जिदा रोन तो एक बंदा हुण रो नहीं सकता, मतलब ये गल हो गई उसकी। फिर जिदा आपां यूट्यूब ते भी देखिया साडे पिंड दे बंदे भी होर एक दवाई लेके गए सीगे ते उन्होंने फिर सानू दस्सिया उत्थे जाओ ना। फिर असीं जिदा तुहाडे कोल आए तो फिर मान लो जिदा कि 3-4 दिन दे विच मैनूं ऐन पूरा मतलब पता लग गया सीगा जी हुण मेरे बिलकुल रात देखो जी बांह कोई जिधर मर्जी घुमाओ कोई चक्कर नहीं आ, बस थोड़ी प्रॉब्लम हुण रह गई है जी। हांजी मेरी थोड़ी प्रॉब्लम है थोड़ा जिदा जिदा देसी दवाइया वाल जरा हो जिदा आयुर्वेदिक वाल क्योंकि काफी फायदा एक साइड इफेक्ट नहीं है ਜਿਦਾ ਐਲੋਵੇਰਾ ਦੇ ਸਾਈਡ ਇਫੈਕਟ ਜ਼ਿਆਦਾ ਹੈ। ਹਾਂਜੀ ਉਹ ਜਿੱਦਾਂ ਹੁਣ ਬੁਖਾਰ ਦੀ ਦਵਾਈ 600 mg ਦੀ ਮੈਨੂੰ ਦੇ ਤੀ ਜੀ, ਉਹਦੇ ਵਿੱਚ ਮੈਨੂੰ ਇੱਕਦਮ ਉਸਲਾ ਜਿੱਦਾਂ ਗੋਲੀ ਖਾਧੀ ਮੈਨੂੰ ਉਸਲਾ ਹੀ ਹੋਰ ਤਰ੍ਹਾਂ ਮੇਰਾ ਚੱਕਰ ਜਿਹਾ ਆਉਣ ਲੱਗ ਪਿਆ, ਨੁਕਸਾਨ ਕਰਦੀ ਹੈ। ਕਹਿਣ ਤੋਂ ਭਾਵ ਤਾਂ ਇਹੀ ਹੈ ਜੀ ਵੀ ਨੁਕਸਾਨ ਕਰਦੀ। ਤੇ ਅਸੀਂ ਤਾਂ ਵਾਰ ਵਾਰ ਇਹੀ ਲੋਕਾਂ ਨੂੰ ਵੀ ਜਿੱਦਾਂ ਸਾਡੇ ਕੋਲ ਰਿਸ਼ਤੇਦਾਰ ਵੀ ਆਉਂਦਾ ਜੀ ਉਹਨਾਂ ਨੂੰ ਵੀ ਅਸੀਂ ਇਹੀ ਕਹਿੰਦੇ ਵੀ ਭਾਈ ਇਹ ਜਿਹੜੇ ਐਲੋਪੈਥੀ ਤੋਂ ਥੋੜਾ ਗਰੇਜ ਕਰੋ। ਦੇਖੋ ਸੰਗਤਾਂ ਨੂੰ ਇਹੀ ਹੈ ਵੀ ਆਪਾਂ ਐਲੋਪੈਥੀ ਤੋਂ ਬਚੀਏ। ਇਸ ਸੰਸਥਾ ਤੇ ਵਿਸ਼ਵਾਸ ਕਰਕੇ ਲੋਕ ਪੂਰੀ ਦੁਨੀਆ ਚੋਂ ਅੱਜ ਆ ਰਹੇ ਨੇ। ਉਹ ਜਿਹੜਾ ਅਸੀਂ 20 ਸਾਲਾਂ ਦੇ ਵਿੱਚ ਇੱਕ ਪਰਿਪੱਕਤਾ ਬਣਾਈ ਆ, ਦਵਾਈਆਂ ਦੀ ਰਿਸਰਚ ਕੀਤੀ ਆ, ਤੇ ਆਯੁਰਵੇਦ ਦੀ ਰਿਸਰਚ 5000 ਸਾਲ ਪਹਿਲਾਂ ਹੋ ਗਈ ਸੀ, ਪਰ ਲੋਕ ਕੁਛ ਚੱਕਰ ਚ ਪੈ ਕੇ ਜਾਂ ਜਿਵੇਂ ਆਪਾਂ ਕਹਿ ਲਈਏ ਵੀ ਜਦੋਂ ਐਲੋਪੈਥੀ ਦਾ ਚੱਲਣ ਹੋਇਆ ਅੰਗਰੇਜ਼ ਆਏ ਇਸ ਦੇਸ਼ ਦੇ ਵਿੱਚ, ਉਹਨਾਂ ਨੇ ਸਾਨੂੰ ਭੁਲਾਤਾ ਸਾਡੀਆਂ ਬਿਮਾਰੀਆਂ ਨੂੰ, ਸਾਡੇ ਬਿਮਾਰੀਆਂ ਦੇ ਨਾਂ ਤੇ ਉਹਨਾਂ ਦਾ ਇਲਾਜ। ਆਮ ਘਰੇਲੂ ਇਲਾਜ ਹੁੰਦੇ ਸੀ ਜਿਵੇਂ ਹੁਣ ਇਹਨਾਂ ਦੀ ਸਮੱਸਿਆ ਸੀਗੀ ਬੁਖਾਰ ਦੇ ਵਿੱਚ। ਕੀ ਹੁੰਦਾ ਕਈ ਵਾਰੀ ਨਾ ਜਿਹੜਾ ਬੁਖਾਰ ਆ ਜਿਹਨੂੰ ਆਪਾਂ ਕਹਿੰਦੇ ਹਾਂ ਪਹਿਲਾਂ ਹੁੰਦਾ ਸੀ ਵੀ ਜੋੜਾਂ 'ਚ ਚਲਾ ਗਿਆ, ਹੱਡੀਆਂ 'ਚ ਚਲਾ ਗਿਆ, ਇੰਨੀਆਂ ਔਸ਼ਧੀਆਂ ਨੇ ਜਿਹੜੀਆਂ ਉਹ ਇਹ ਕੰਮ ਕਰ ਦਿੰਦੀਆਂ ਨੇ। ਉਹਦੇ ਨਾਲ ਇਹਨਾਂ ਨੂੰ ਕੀ ਹੋ ਗਿਆ ਸੀ, ਸਰਵੰਗ ਵਾਤ ਹੁੰਦਾ, ਇੱਕ ਵਾਤ ਵਿਆਧੀਆਂ ਦੇ ਵਿੱਚ ਆਉਂਦਾ ਸਰਵੰਗ ਵਾਤ, ਉਹਦੀ ਸ਼ੁਰੂਆਤ ਇੱਦਾਂ ਹੀ ਹੁੰਦੀ ਆ ਬੁਖਾਰ ਤੋਂ ਬਾਅਦ। ਹੁਣ ਆਮ ਲੋਕਾਂ ਨੇ ਦੇਖਿਆ ਹੋਣਾ ਇੱਕ ਬੁਖਾਰ ਜਿਵੇਂ ਆਪਣੇ ਡੇਂਗੂ ਬੁਖਾਰ ਹੋ ਗਿਆ, ਉਸ ਤੋਂ ਬਾਅਦ ਇੱਦਾਂ ਦੀ ਪ੍ਰੋਬਲਮ ਆ ਜਾਂਦੀ ਆ, ਜਾਂ ਚਿਕਨਗੁਨੀਆ ਦਾ ਖਾਸ ਕਰਕੇ ਉਹ ਵੀ ਜੋੜਾਂ 'ਚ ਚਲਾ ਜਾਂਦਾ। ਤਾਂ ਫਿਰ ਸਰਵੰਗ ਵਾਤ ਦੇ ਵਿੱਚ ਕੀ ਆ ਵੀ ਜੋੜ ਹਿੱਲਣ ਤੋਂ ਅਸਮਰੱਥ ਹੋ ਜਾਂਦੇ ਨੇ, ਕਿਉਂਕਿ ਜਿੱਥੇ ਵੀ ਸੰਧੀਆਂ ਨੇ ਜੋੜਾਂ ਦੀਆਂ ਉੱਥੇ ਵਾਯੂ ਜਾ ਕੇ ਰੁਕ ਜਾਂਦੀ ਆ, ਨਾਲ ਕੀ ਹੁੰਦਾ ਬੁਖਾਰ, ਉਹਦਾ ਜਿਹੜਾ ਬੁਖਾਰ ਦੀ ਤਪਸ਼ਾ ਉਹ ਚਲੀ ਜਾਂਦੀ ਆ। ਉਹ ਜਿਹੜਾ ਸਾਡਾ ਇਹਦੇ ਅੰਦਰ ਗਰੀਸ ਹੁੰਦਾ, ਗਰੀਸ ਕਹਿ ਲਈ ਆਮ ਭਾਸ਼ਾ ਦੇ ਵਿੱਚ, ਜਾਂ ਜਿਹੜੀ ਚਰਬੀ ਹੁੰਦੀ ਆ ਉਹਨੂੰ ਡਿਸਟਰਬ ਕਰਨਾ ਸ਼ੁਰੂ ਕਰ ਦਿੰਦੀ ਆ, ਉਹਨੂੰ ਫਿਰ ਸਰਵੰਗ ਵਾਤ ਦਾ ਨੌ ਆਯੁਰਵੇਦ ਨੇ ਦਿੱਤਾ, ਉਹ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਸਾਰੇ ਜੋੜਾਂ 'ਚ ਚਲਾ ਜਾਂਦਾ, ਫਿਰ ਉਹ ਗਠੀਏ 'ਚ ਬਦਲ ਜਾਂਦਾ। ਸੋ ਐਲੋਪੈਥੀ 'ਚ ਜਾਵਾਂਗੇ ਉਹਨਾਂ ਨੇ ਕਹਿਣਾ ਜੀ ਫਰੋਜ਼ਨ ਸ਼ੋਲਡਰ ਹੋ ਗਿਆ, ਤੁਹਾਨੂੰ ਸਰਵਾਈਕਲ ਹੋ ਗਿਆ, ਡਾਇਗਨੋਸ ਇਹ ਨਹੀਂ ਹੋ ਪਾਉਣਾ ਜਾਨੂੰ ਉਹਨੇ ਗਠੀਏ ਦਾ ਰੂਪ ਧਾਰਨ ਕਰਾ ਦਿੱਤਾ ਜੀ। 15-20 ਦਿਨ ਪਹਿਲਾਂ ਇਲਾਜ ਕਰਾਇਆ ਪਹਿਲਾਂ ਜੀ ਅਸੀਂ, ਫਿਜ਼ੀਓਥੈਰੇਪੀ ਵੀ ਕਰਾਈ ਪਰ ਕੋਈ ਫਰਕ ਨਹੀਂ ਪੈਂਦਾ, ਜਿਲਾ ਮਤਲਬ ਮਾੜੇ ਜਿਹਾ ਉੱਥੇ ਕਰਦੇ ਸੀਗੇ ਦੱਬਦੇ ਦੁੱਬਦੇ ਸੀ ਉਹ ਉਸਲਾ ਫਰਕ ਪੈਂਦਾ, ਜਿਲਾ ਗੱਡੀ 'ਚ ਬਹਿਣਾ ਨਾਲ ਹੀ ਫੇਰ ਦਰਦ ਹੋ ਜਾਣੀ। ਫਿਰ ਐਕਸਰੇ ਉਕਸਰੇ ਵੀ ਕਰਾਏ ਪਰ ਕੋਈ ਫਰਕ ਨਹੀਂ ਪੈਂਦਾ ਜੀ, ਮਤਲਬ ਦਵਾਈਆਂ ਤਾਂ ਫਿਰ ਉਹ ਜਿੱਦਾਂ ਦਰਦ ਦੀਆਂ ਦੇਣਦੇ ਸੀ, ਪਹਿਲੇ ਦਿਨ ਤਾਂ ਜਾ ਕੇ ਟੀਕੇ ਲਵਾਏ ਜੀ, ਦਰਦ ਤਾਂ ਇੰਨੀ ਜ਼ਿਆਦਾ ਹੁੰਦੀ ਸੀ ਮਤਲਬ ਬਹਿ ਨਹੀਂ ਹੁੰਦਾ ਸੀਗਾ ਜੀ, ਇੰਨਾ ਜ਼ਿਆਦਾ ਸੀਗਾ, ਬਹੁਤ ਜ਼ਿਆਦਾ ਤੰਗੀ ਸੀਗੀ। ਇਹਨਾਂ ਨੂੰ ਕੋਈ ਪੇਨ ਕਿਲਰ ਨਹੀਂ ਦਿੱਤਾ ਅਸੀਂ ਨੇ, ਕਿਸੇ ਕਿਸਮ ਦਾ ਪੇਨ ਕਿਲਰ ਨਹੀਂ ਦਿੱਤਾ, ਟੋਟਲ ਨੈਚੁਰਲ ਤੇ ਹਰਬਲ ਮੈਡੀਸਨ ਦਿੱਤੀਆਂ ਸੀਗੀਆਂ। ਸੋ ਅਸੀਂ ਸੋਚਦੇ ਹਾਂ ਵੀ ਜਦੋਂ ਬੰਦਾ ਜਿਵੇਂ ਹੁਣ ਹੁਸ਼ਿਆਰਪੁਰ ਤੋਂ ਆਏ ਦੂਰੋਂ ਚੱਲ ਕੇ, ਇੱਕ ਵਿਸ਼ਵਾਸ ਅਕਰਿਓਸਤੀ ਪੈਦਾ ਹੋ ਜਾਂਦੀ ਹੈ, ਜਿਵੇਂ ਹੋਰ ਵੀ ਸੱਜਣ ਲੋਕ ਯੂਟਿਊਬ ਤੇ ਪਾਉਂਦੇ ਨੇ, ਮਰੀਜ਼ ਦੇ ਵਿੱਚ ਅਕਰਿਓਸਤੀ ਪੈਦਾ ਹੋ ਜਾਂਦੀ ਹੈ ਵੀ ਮੈਂ ਉੱਥੇ ਜਾਊਂਗਾ ਤੇ ਠੀਕ ਹੋ ਕੇ ਆਊਂਗਾ। ਸੋ ਉਸ ਪਰਿਪੱਕਤਾ ਦੇ ਲਈ ਅਸੀਂ ਕੰਮ ਕਰਦੇ ਹਾਂ, ਉਸ ਵਿਸ਼ਵਾਸ ਨੂੰ ਬਣਾਉਣ ਵਾਸਤੇ ਅਸੀਂ ਕੰਮ ਕਰਦੇ ਹਾਂ ਵੀ ਉਹ ਕਾਇਮ ਰਹੇ, ਜਿਹੜਾ ਮਹਾਂਪੁਰਖਾਂ ਨੇ ਸਾਨੂੰ ਬਖਸ਼ੀ ਹੈ ਗੱਦੀ ਉਹਦੀ ਪਰਿਪੱਕਤਾ ਕਾਇਮ ਰਹੇ, ਸਾਨੂੰ ਸਭ ਤੋਂ ਵੱਧ ਉਸ ਚੀਜ਼ ਦਾ ਲਾਲਚ ਆ। ਇੱਕ ਹੋਰ ਗੱਲ ਹੈ ਜੀ, ਦੇਖੋ ਗਾਈਡੈਂਸ ਜਿਹੜੀ ਆ ਪਿਆਰ ਦੇ ਨਾਲ ਬੋਲਣਾ, ਇੱਕ ਜਿਹੜਾ ਉਹ ਅੱਧਾ ਮਰੀਜ਼ ਉਦਾਂ ਠੀਕ ਹੋ ਜਾਂਦਾ ਜੀ। ਆਪਾਂ ਪਹਿਲਾਂ ਗੱਲ ਤਾਂ ਇਹ ਆ ਜੀ, ਜੇ ਤੁਹਾਡੇ ਮਤਲਬ ਗਾਈਡੈਂਸ ਕਰਨ ਦੇ ਤੁਸੀਂ ਸਾਨੂੰ ਦੱਸਦੇ ਆ ਵੀ ਏਦਾਂ ਨੀ ਏਦਾਂ,
ਉਹਦੇ ਵਿੱਚ ਹੀ ਸਾਡੀ ਮਤਲਬ ਸਾਡੇ ਮਨ ਨੂੰ ਤਸੱਲੀ ਹੋ ਜਾਂਦੀ, ਅੰਦਰੋਂ ਬੰਦਾ ਖੁਸ਼ ਆ ਤੇ ਫਿਰ ਉਹ ਆਟੋਮੈਟਿਕਲੀ ਦਵਾਈ ਕੰਮ ਕਰਦੀ ਆ। ਬਾਕੀ ਤੁਸੀਂ ਸਿਆਣੇ ਆ, ਅਸੀਂ ਤਾਂ ਇੰਨਾ ਨਹੀਂ ਹੈ। ਚਲੋ ਸਾਰੇ ਨਾਰੇ ਮਹਾਰਾਜ ਦੀ ਬਖਸ਼ਿਸ਼ ਆ ਹਰ ਬੰਦੇ ਨੂੰ ਕੀਤੀ ਹੋਈ। ਸੋ ਇਹੀ ਬੇਨਤੀ ਆ ਵੀ ਆਯੁਰਵੇਦ ਨਾਲ ਜੁੜੀਏ। ਆਯੁਰਵੇਦ ਦਵਾਈਆਂ ਨੇ ਜਿਹੜੀਆਂ ਬਹੁਤ ਖੋਜ 5000 ਸਾਲ ਪਹਿਲਾਂ ਹੋ ਚੁੱਕੀ ਸੀ। ਐਲੋਪੈਥੀ ਜੇ ਜ਼ੋਰ ਵੀ ਲਾ ਲਵੇ ਤਾਂ ਹਲੇ 10000 ਸਾਲ ਤੱਕ ਐਸੀ ਰਿਸਰਚ ਨਹੀਂ ਕਰ ਸਕਦੀ ਜਿਹੜੀ ਉਹ ਵਿਗਿਆਨੀਆਂ ਨੇ, ਮਹਾਰਿਸ਼ੀ ਚਰਕ ਨੇ, ਮਹਾਰਿਸ਼ੀ ਭਾਗਵਤ ਨੇ, ਨਿਘੰਟੂ ਨੇ, ਅਸ਼ਵਨੀ ਕੁਮਾਰਾ ਨੇ, ਜੋ ਅੱਜ ਤੋਂ 5000 ਸਾਲ ਪਹਿਲਾਂ ਲਿਖਤਾ, ਉਹ ਅੱਜ ਦੇ ਵਿਗਿਆਨੀ ਹਲੇ ਉੱਥੇ ਤੱਕ ਨਹੀਂ ਪਹੁੰਚ ਸਕੇ। ਸੋ ਮੈਂ ਤਾਂ ਇੰਨਾ ਹੀ ਕਹਿੰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।